ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1922 'ਚ ਜਦੋਂ ਇੱਕ ਪਾਸੇ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਬੱਬਰ ਅਕਾਲੀਆਂ ਨੇ ਮੁਖਬਰਾਂ ਨੂੰ ਸੋਧਣ ਔਰ ਜਿਹੜੇ ਸਰਕਾਰੀ ਕਿਸਮ ਦੇ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਸਾਜਿਸ਼ ਕਰਕੇ ਨਨਕਾਣਾ ਸਾਹਿਬ ਦੇ ਮਹੰਤ ਨਰੈਣੇ ਨੂੰ ਖੜ੍ਹਾ ਕੀਤਾ ਸੀ ਸਾਰੀ ਉਸ ਸਾਕਾ ਕਰਨ ਦੇ ਲਈ, ਉਹਨਾਂ ਨੂੰ ਸਜ਼ਾਵਾਂ ਦੇਣ ਲਈ ਬੱਬਰ ਅਕਾਲੀਆਂ ਨੇ ਆਪਣੀ ਸਟ੍ਰੈਟਜੀ ਬਣਾਈ। ਪੈਸੇ ਉਹਨਾਂ ਕੋਲ ਨਹੀਂ ਸੀ ਜੀ, ਜਾਂ ਉਹਨਾਂ ਨੇ ਹਥਿਆਰ ਖਰੀਦਣੇ ਨੇ ਜਾਂ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਕੋਈ, ਉਦੋਂ ਉਸ ਜ਼ਮਾਨੇ 'ਚ ਇੱਦਾਂ ਦੀਆਂ ਪ੍ਰੈਸਾਂ ਤਾਂ ਵੱਡੀਆਂ ਨਹੀਂ ਸੀ ਖਰੀਦ ਸਕਦੇ। ਐਨਸਾਈਕਲੋਸਟਾਈਲ ਮਸ਼ੀਨਾਂ ਉਹਨੂੰ ਕਹਿੰਦੇ ਸੀ। ਮੈਂ ਸਟੋਕਟਨ ਦੇ ਗੁਰਦੁਆਰਾ ਸਾਹਿਬ ਵੀ ਦੇਖੀ ਹੈ, ਜਦੋਂ ਗਦਰ ਲਹਿਰ ਇੱਥੋਂ ਚੱਲੀ ਹੈ ਅਤੇ ਉਹ ਜਿਹੜੀ ਐਨਸਾਈਕਲੋਸਟਾਈਲ ਹੁੰਦਾ ਇੱਕਦਮ ਉਹ ਲੰਬੇ ਲੰਬੇ ਕਾਗਜ਼ ਕੱਢਦੇ ਸੀ, ਉਹੀ ਵਿਚਾਰੇ ਵੰਡਦੇ ਸੀ। ਸੋ ਉਹਨਾਂ ਨੇ ਫਿਰ ਅੱਜ ਦੇ ਦਿਨ ਉਹਨਾਂ ਨੇ ਲੱਭਿਆ ਕਿ ਵੀ ਇਹ ਜਿਹੜੇ ਮਾਲੀਆ ਇਕੱਠਾ ਹੁੰਦਾ ਨੰਬਰਦਾਰ ਲੈ ਕੇ ਜਾਂਦੇ ਨੇ, ਸੋ ਇੱਕ ਥਾਂ ਤੋਂ ਉਹਨਾਂ ਨੇ 575 ਰੁਪਏ ਖੋਏ ਜਿਹੜਾ ਮਾਲੀਆ ਲੈ ਕੇ ਜਾ ਰਿਹਾ ਸੀ, ਉਹਦੇ ਨਾਲ ਹੀ ਉਹਨਾਂ ਨੇ ਐਨਸਾਈਕਲੋਸਟਾਈਲ ਮਸ਼ੀਨ ਵੀ ਖਰੀਦੀ ਜੀ ਔਰ ਕੁਛ ਹਥਿਆਰ ਵੀ ਖਰੀਦੇ। ਸੋ ਅਸੀਂ ਜਦੋਂ ਆਜ਼ਾਦੀ ਦੀ ਜਾਂ ਜਿਹੜੇ ਲੋਕ ਇਸ ਪਾਸੇ ਤੁਰਦੇ ਨੇ ਉਹਨਾਂ ਦੀਆਂ ਡਿਫੀਕਲਟੀਜ਼ ਦੀ ਗੱਲ ਕਰਦੇ ਹਾਂ ਅਤੇ ਫਿਰ ਸਰਾਭਾ ਦੀਆਂ ਉਹ ਲਾਈਨਾਂ ਮੈਂ ਹਮੇਸ਼ਾ ਹੀ ਕੋਟ ਕਰਦੇ ਹਾਂ ਕਿ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਬਹੁਤ ਵਾਰ ਆਪਣੇ ਵੀ ਨਾਰਾਜ਼ ਹੋ ਜਾਂਦੇ ਨੇ ਨਿੱਕੀ ਨਿੱਕੀ ਗੱਲ ਤੋਂ। ਸੋ 1955 ਦੇ ਵਿੱਚ ਅਸ਼ਵਨੀ ਕੁਮਾਰ ਜਿਹੜਾ ਕਿ ਜਲੰਧਰ ਰੇਂਜ ਦਾ DIG ਸੀ, ਭੀਮ ਸੈਨ ਸੱਚਰ ਮੁੱਖ ਮੰਤਰੀ ਸੀ, ਪੰਜਾਬੀ ਸੂਬਾ ਮੋਰਚਾ ਮਾਸਤਾਰਾ ਸਿੰਘ ਨੇ ਲਾਇਆ, ਹਜ਼ਾਰਾਂ ਸਿੱਖ ਅੰਮ੍ਰਿਤਸਰ 'ਚ ਇਕੱਠੇ ਜੇਲ੍ਹਾਂ ਭਰਨ ਵੱਲ ਤੁਰ ਪਈਆਂ, ਅਤੇ ਇਹ ਆਰੀਆ ਸਮਾਜੀ ਜਿਹਨੇ ਬਾਅਦ 'ਚ ਪ੍ਰਤਾਪ ਸਿੰਘ ਕੈਰੋਂ ਦੇ ਮਰਡਰ 'ਚ ਵੀ ਰੋਲ ਪਲੇ ਕੀਤਾ, ਇਹਨੇ ਸੱਚਰ ਨੂੰ ਕਿਹਾ ਜੀ ਕੋਈ ਫਿਕਰ ਹੀ ਨਾ ਕਰੋ, ਮੈਂ ਸਬਕ ਸਿਖਾਉਂਦਾ ਇਹਨਾਂ ਸਿੱਖੜਿਆਂ ਨੂੰ, ਜਿਵੇਂ ਉਹਦੀ ਜ਼ਬਾਨ ਸੀ ਬਹੁਤ ਗੰਦੀ ਜੀ। ਔਰ ਉਹਨੇ ਆ ਕੇ ਜਿਹੜਾ ਦਰਬਾਰ ਸਾਹਿਬ ਨੂੰ ਘੇਰ ਲਿਆ, ਜਿਹਨੀਆਂ 20-22 ਉਹਨਾਂ ਕੋਲ ਲਾਇਸੈਂਸੀ ਬੰਦੂਕਾਂ ਸੀ ਉਹ ਚੁੱਕ ਕੇ ਲੈ ਗਏ, ਦੂਜਿਆਂ ਨੂੰ ਕੀਤਾ, ਔਰ ਇਹਦੇ ਵੇੜੇ 'ਚ ਹੀ ਜਿਹੜੀ ਹੈ ਪੁਲਿਸ ਨੇ ਗੋਲੀ ਵੀ ਚਲਾਈ, ਮੰਜੀ ਸਾਹਿਬ ਤੱਕ ਆ ਗਏ, ਅਰੈਸ ਹੋਈਆਂ। ਪਰ ਸਿੱਖਾਂ 'ਚ ਇੰਨਾ ਰੋਹ ਜਾਗਿਆ ਕਿ ਅਲਟੀਮੇਟਲੀ ਫਿਰ ਭੀਮ ਸੈਨ ਸੱਚਰ ਨੂੰ ਮੰਜੀ ਸਾਹਿਬ ਆ ਕੇ ਮਾਫ਼ੀ ਮੰਗਣੀ ਪਈ ਸੀ ਮੁੱਖ ਮੰਤਰੀ ਦੇ ਤੌਰ 'ਤੇ, ਔਰ ਫਿਰ ਉਹ ਕੰਟੀਨਿਊ ਸੀ ਨਹੀਂ ਸੀ ਕਰ ਸਕੇ। ਨਹਿਰੂ ਨੇ ਵੀ ਉੱਪਰ ਬੈਠਿਆਂ ਦੇਖ ਲਿਆ ਵੀ ਇਹ ਸਿੱਖਾਂ ਨੂੰ ਅਕਾਲੀਆਂ ਨੂੰ ਕੋਈ ਹਿੰਦੂ ਕਾਬੂ ਨਹੀਂ ਕਰ ਸਕਦਾ। ਉਸ ਤੋਂ ਪਹਿਲਾਂ ਸੱਚਰ, ਗੋਪੀ ਚੰਦ ਭਾਰਗੋ, ਫਿਰ ਕੈਰੋਂ ਵਰਗਾ ਗੁੰਡਾ ਲਿਆਂਦਾ ਉਹਨਾਂ ਨੇ, ਜਿਵੇਂ ਪੰਜਾਬ 'ਚ ਬੇਅੰਤ ਸਿੰਘ ਲਿਆਂਦਾ ਸੀ ਕਿ ਵੀ ਇਹ ਸਿੱਖਾਂ ਨੂੰ ਕੁੱਟ ਚਾੜੇਗਾ। ਅੱਜ 1987 ਦੇ ਵਿੱਚ ਅੱਜ ਦੇ ਦਿਨ ਭਾਈ ਗੁਰਦੇਵ ਸਿੰਘ ਦੇਬੂ, ਹੁਣ ਜਦੋਂ ਅਸੀਂ ਦੇਗਾਂ 'ਚ ਉਬਲਣ ਦੀ ਗੱਲ ਪੜ੍ਹਦੇ ਹਾਂ ਸਾਡੇ ਸਾਹਮਣੇ ਭਾਈ ਦਿਆਲਾ ਆਉਂਦੇ ਨੇ ਦਿੱਲੀ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਭਾਈ ਮਤੀਦਾਸ ਹਾਰੇ ਨਾਲ ਚੀਰੇ ਗਏ, ਭਾਈ ਸਤੀਦਾਸ ਰੂਹ ਦੇ ਗੋੜੇ ਲਾ ਕੇ ਉਹਨਾਂ ਨੂੰ ਅੱਗ ਲਾਈ ਗਈ ਅਤੇ ਭਾਈ ਦਿਆਲਾ ਨੂੰ ਦੇਗ 'ਚ ਉਬਾਲਿਆ ਗਿਆ। ਅੱਜ ਦੀ ਇਸ ਸਟਰਗਲ ਦੇ ਸਮੇਂ 'ਚ ਭਾਈ ਗੁਰਦੇਵ ਸਿੰਘ ਦੇਬੂ, ਜਿਨ੍ਹਾਂ ਦਾ ਪਿੰਡ ਧੀਰਪੁਰ ਕਰਤਾਰਪੁਰ ਦੇ ਨੇੜੇ ਹੈ, ਉਹਨਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਨਾਲ ਸੰਬੰਧਿਤ ਸਨ ਜੀ, ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਫੜ ਕੇ ਪਹਿਲਾਂ ਟੋਰਚਰ ਕੀਤਾ ਔਰ ਫਿਰ ਵੱਡੇ ਉਬਲਦੀ ਦੇਗ ਦੇ ਵਿੱਚ ਉਹਨਾਂ ਨੂੰ ਉਬਾਲ ਦਿੱਤਾ ਔਰ ਅਖੀਰ ਤੱਕ ਉਹ ਵਾਹਿਗੁਰੂ ਦਾ ਜਾਪ ਕਰਦੇ ਰਹੇ। ਇਹ ਵੀ ਪਤਾ ਨਾ ਲੱਗਦਾ ਕਿਉਂਕਿ ਕੁਦਰਤੀ ਪਰਿਵਾਰ ਦੂਜੇ ਲੋਕ ਪਹੁੰਚ ਗਏ, ਉਹਨਾਂ ਦੀ ਦਾ ਮ੍ਰਿਤਕ ਸਰੀਰ ਜਿਹੜਾ ਉਹਨਾਂ ਨੇ ਲਿਆ ਔਰ ਉਹ ਸਿਰ ਤੋਂ ਪੈਰਾਂ ਤੱਕ ਜਿਵੇਂ ਇੱਕ ਆਲੂ ਉਬਲਿਆ ਹੁੰਦਾ ਇਵੇਂ ਉਹਨਾਂ ਦੀ ਬੋਡੀ ਸੀ। ਸੋ ਅੱਜ ਦੇ ਪੀਰੀਅਡ 'ਚ ਵੀ ਜਦੋਂ ਅਸੀਂ ਪੁਰਾਤਨ ਇਤਿਹਾਸ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਅੱਜ ਦੇ ਇਹਨਾਂ ਆਪਣੇ ਸ਼ਹੀਦਾਂ ਅਤੇ ਯੋਧਿਆਂ 'ਤੇ ਫਖਰ ਹੋਣਾ ਚਾਹੀਦਾ ਜਿਨ੍ਹਾਂ ਨੇ ਕਿਵੇਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ। ਔਰ ਵਰਲਡ ਹਿਸਟਰੀ ਦੇ ਹਵਾਲੇ ਨਾਲ 1608 ਦੇ ਵਿੱਚ ਸੈਮੂਅਲ ਡੀ ਚੈਂਪਲੇਨ ਨੇ ਸਿਟੀ ਆਫ ਕਿਊਬੈਕ, ਜਿਹੜੀ ਸਟੇਟ ਵੀ ਹੈ ਪਰ ਇੱਕ ਸਿਟੀ ਵੀ ਹੈ, ਉਸ ਦੀ ਨਹੀਂ ਰੱਖੀ। 1661 ਦੇ ਵਿੱਚ ਪੁਰਤਗਾਲ ਨੇ ਟੈਂਜਰ ਅਤੇ ਬੋਂਬੇ, ਇਹ ਦੋ ਸ਼ਹਿਰ ਜਿਹੜੇ ਪੁਰਤਗਾਲੀਆਂ ਦੇ ਕੋਲ ਸੀ, ਇਹ ਬਾਦਸ਼ਾਹ ਨੂੰ ਇੰਗਲੈਂਡ ਦੇ ਨੂੰ ਕਿੰਗ ਚਾਰਲਸ ਨੂੰ ਦਿੱਤੇ ਕਿ ਸ਼ਾਇਦ ਕੋਈ ਦਾਜ ਦੇ ਵਿੱਚ ਦਿੱਤੇ ਕਿ ਕੀ ਕੀਤਾ, ਕੋਈ ਇਹਨਾਂ ਦਾ ਅਲਾਇੰਸ ਮੈਰਿਜ ਅਲਾਇੰਸ ਸੀ, ਮੈਂ ਐਗਜੈਕਟ ਨਹੀਂ ਸਰਚ ਕਰ ਸਕਿਆ। 1806 ਦੇ ਵਿੱਚ ਮਾਈਕਲ ਕੀਨਸ ਨੇ ਪਹਿਲੀ ਜਿਹੜੀ ਹੈ ਉਹ ਸਟਰਾਬਰੀ, ਕਲਟੀਵੇਟਡ ਸਟਰਾਬਰੀ, ਖਾਂਦਾ ਉਹਨੇ ਸਟਰਾਬਰੀ, ਅੱਛਾ, ਸੋ ਉਹ ਉਹਨੇ ਪਹਿਲੀ ਵਾਰੀ ਕਲਟੀਵੇਟ ਕੀਤੀ। ਵਾਇਲਡ ਤਾਂ ਹੋਏਗੀ ਕਿਉਂਕਿ ਜਿੰਨੀਆਂ ਨਵੀਆਂ ਚੀਜ਼ਾਂ ਜੰਗਲੀ ਤਾਂ ਹੈ ਹੀ ਸੀ। ਸੋ 1806 ਦੇ ਵਿੱਚ ਜੇ ਮਾਈਕਲ ਕੀਨ ਨਾ ਹੁੰਦਾ ਤਾਂ ਸਟਰਾਬਰੀ ਨਹੀਂ ਸੀ ਖਾਣੀ, ਤੁਸੀਂ ਮਿਲਣੀ ਨਹੀਂ ਸੀ। 1819 'ਚ ਪਹਿਲਾ ਸੇਵਿੰਗ ਬੈਂਕ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਖੁੱਲ੍ਹਿਆ।
1898 ਚ US ਨੇਵੀ ਨੇ ਸਪੈਨਿਸ਼ ਫਲੀਟ ਨੂੰ ਸੈਂਟੀਗੋ ਕਿਊਬਾ ਦੇ ਵਿੱਚ ਹਰਾਇਆ, ਡਿਫੀਟ ਕੀਤਾ। 1915 ਚ US ਮਿਲਟਰੀ ਨੇ ਹੇਤੀ ਦੇ ਉੱਤੇ ਕਬਜ਼ਾ ਕੀਤਾ ਔਰ 1934 ਤੱਕ ਉਹਨਾਂ ਨੇ ਲਗਭਗ 19 ਸਾਲ ਕਬਜ਼ਾ ਰੱਖਿਆ। 1947 ਚ ਸੋਵੀਅਤ ਯੂਨੀਅਨ ਨੇ ਜਿਹੜਾ ਜਦੋਂ ਸੈਕਿੰਡ ਵਰਲਡ ਵਾਰ ਖਤਮ ਹੋਇਆ, ਅਮੈਰੀਕਾ ਨੇ ਇੱਕ ਪਲੈਨ ਕੱਢੀ ਮਾਰਸ਼ਲ ਪਲੈਨ, ਜਿਹਦੇ ਥੱਲੇ ਕਿਵੇਂ ਰੀਹੈਬਲੀਟੇਟ ਕਰਨਾ ਹੈ ਉਹਨਾਂ ਨੂੰ, ਜਰਮਨ, ਜਪਾਨ, ਦੂਜਿਆਂ ਨੂੰ। ਪਰ ਸੋਵੀਅਤ ਯੂਨੀਅਨ ਜਿਹੜਾ ਅਲਾਈ ਸੀ ਅਮਰੀਕਾ, ਉਹਨਾਂ ਨੇ ਕਿਹਾ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ ਮਾਰਸ਼ਲ ਪਲੈਨ ਦੇ ਨਾਲ। 1950 'ਚ ਅਮਰੀਕਾ ਔਰ ਕੋਰੀਆ ਦੀਆਂ ਫੋਰਸਿਸ ਆਪਸ ਟਕਰਾਈਆਂ ਔਰ ਬਾਅਦ ਦੇ ਵਿੱਚ ਕੋਰੀਅਨ ਵਾਰ ਬਣੀ। ਜੇ ਕਦੇ ਜਦੋਂ ਤੁਸੀਂ ਵਾਸ਼ਿੰਗਟਨ ਜਾਂਦੇ ਹੋ ਜਿੱਥੇ ਵੀਤਨਾਮ ਵਾਰ ਮੈਮੋਰੀਅਲ ਹੈ, ਉੱਥੇ ਕੋਰੀਅਨ ਵਾਰ ਮੈਮੋਰੀਅਲ ਵੀ ਹੈ ਕਿ ਕਿਵੇਂ ਜਿਹੜੇ ਨੇ ਲੱਖਾਂ ਸੋਲਜਰ ਮਰੇ ਔਰ 60,000 ਦੇ ਕਰੀਬ ਅਮਰੀਕਨ ਸੋਲਜਰ ਵੀ ਕੋਰੀਅਨ ਵਾਰ ਦੇ ਵਿੱਚ ਮਾਰੇ ਗਏ। 1952 ਦੇ ਵਿੱਚ ਪੋਰਟੋ ਰੀਕੋ ਦਾ ਸੰਵਿਧਾਨ US ਕਾਂਗਰਸ ਨੇ ਪਾਸ ਕੀਤਾ। 1954 'ਚ ਇੰਗਲੈਂਡ, ਹੁਣ ਅੱਜ ਅਸੀਂ ਸਟੋਰਾਂ 'ਤੇ ਜਾਂਦੇ ਹਾਂ, ਜੋ ਚਾਹੁੰਦੇ ਹਾਂ ਖਰੀਦਦੇ ਹਾਂ ਖਾਣ ਲਈ ਪਹਿਨਣ ਲਈ, ਲੇਕਿਨ ਜਦੋਂ ਜੰਗਾਂ ਲੜਦੀਆਂ ਨੇ, ਲੜਾਈਆਂ ਹੁੰਦੀਆਂ, ਜਿਹੜੇ ਨੇਸ਼ਨ ਉਹਦੇ 'ਚ ਇਨਵੋਲਵ ਹੁੰਦੇ ਨੇ, ਉਹ ਫਿਰ ਕਿਵੇਂ ਉਹਨਾਂ ਨੂੰ ਤੰਗ ਦਸਤੀਆਂ 'ਚੋਂ ਗੁਜ਼ਰਨਾ ਪੈਂਦਾ। ਇੰਗਲੈਂਡ ਦੇ ਵਿੱਚ 9 ਸਾਲ ਰਾਸ਼ਨਿੰਗ ਰਹੀ 1940 ਤੋਂ ਸ਼ੁਰੂ ਕਰਕੇ ਆਲਮੋਸਟ, ਕਿਉਂਕਿ ਜੰਗ ਸੀ। 9 ਸਾਲ ਤੋਂ ਬਾਅਦ ਉਹਨਾਂ ਨੇ ਰਾਸ਼ਨਿੰਗ ਖਤਮ ਕੀਤੀ, ਜਦੋਂ ਕਿ ਵਰਲਡ ਵਾਰ ਖਤਮ, ਰਾਸ਼ਨ ਇੰਨੀ ਤੁਹਾਨੂੰ ਬ੍ਰੈਡ ਮਿਲੇਗੀ, ਇੰਨੇ ਆਲੂ ਮਿਲਣੇ। ਔਰ 2013 'ਚ ਐਲ ਪ੍ਰੈਸੋ ਪੀਰੂਜ਼ ਦੇ ਵਿੱਚ ਜਿਹੜਾ ਇੱਕ 4,000 ਸਾਲ ਪੁਰਾਣੇ ਪਿਰਾਮਿਡ ਸੀ, ਉਹਨੂੰ ਜਿਹੜੇ ਡਿਵੈਲਪਰ ਨੇ, ਬਿਲਡਿੰਗਾਂ ਬਣਾਉਂਦੇ ਨੇ, ਸਾਡੇ ਤਾਂ ਕਾਰਸੇ ਵਾਲੇ ਬਾਬੇ ਡਿਸਟਰੋਏ ਕਰ ਰਹੇ ਨਾ, ਰਹਿੰਦਾ ਹੁੰਦਾ ਜਿਹੜੇ ਡਿਵੈਲਪਰ ਨੇ ਕਿ ਜੀ ਇੱਥੇ ਬਹੁਤ ਬਿਲਡਿੰਗਾਂ ਬਣ ਗਈਆਂ, ਉਹ ਡਿਸਟਰੋ 4,000 ਸਾਲ ਪੁਰਾਣਾ ਜਿਹੜਾ ਪਿਰਾਮਿਡ ਸੀ ਉਹ ਡਿਸਟਰੋਏ ਕਰ ਦਿੱਤਾ ਡਿਵੈਲਪਰ। ਜੀ ਰੋਸ਼ਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 88 ਨੂੰ ਚੁਣਿਆ। ਗੁਰਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਪਏ, ਬਾਰਨੀ ਬਿਗੰਧ ਗੰਗ ਸੰਗ ਮਿਲ ਗੰਗ ਹੈ, ਸੁਰਸਰੀ ਸੰਗਮ ਹੋਏ ਪ੍ਰਬਲ ਪ੍ਰਵਾਹ, ਲਿਵ ਸਾਗਰ ਅਥਾ ਸਤਿਗੁਰ ਸੰਗ ਸੰਗ ਹੈ, ਚਰਨ ਕਮਲ ਮਕਰੰਦ ਨਿਹਚਲ ਚਿਤ, ਦਰਸ਼ਨ ਸੋਭਾ ਨਿਧ ਲਹਿਰ ਤਰੰਗ ਹੈ, ਅਨਹਦ ਸ਼ਬਦ ਕੈ ਸਰਬ ਨਿਧਾਨ ਦਾਨ, ਗਿਆਨ ਅੰਸ ਹੰਸ ਗਤ ਸੁਮਤ ਸਰਬਗ ਹੈ। ਸੋ ਭਾਈ ਗੁਰਦਾਸ ਜੀ ਨੇ 2-3 ਉਦਾਹਰਨਾਂ ਦੇ ਕੇ ਦੱਸਿਆ ਕਿ ਜਦੋਂ ਸਿੱਖ ਸੰਗਤ ਦੇ ਵਿੱਚ ਜਾਂਦੇ ਔਰ ਸਿੱਖ ਗੁਰੂ ਦੇ ਪਿਆਰ 'ਚ, ਗੁਰੂ ਦੀ ਬਾਣੀ, ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ, ਤਾਂ ਫਿਰ ਜੀਵਨ 'ਚ ਕੀ ਹੁੰਦਾ? ਗੁਰਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਪਏ, ਉਹਦੇ ਰੰਗ 'ਚ ਰੰਗ ਕੇ ਸਾਧ ਸੰਗਤ ਦੇ ਗੁਰਸਿੱਖ ਵੀ ਰੰਗਿਆ ਜਾਂਦਾ। ਬਾਰਨੀ ਬਿਗੰਧ ਗੰਗ ਸੰਗ ਮਿਲ ਗੰਗ ਹੈ, ਜਿਵੇਂ ਸ਼ਰਾਬ ਜਿਹਦੇ 'ਚੋਂ ਬਦਬੋ ਆ ਰਹੀ ਹੁੰਦੀ ਹੈ, ਜੇ ਗੰਗਾ ਦੇ ਵਿੱਚ ਪਾ ਦਿਓ ਤਾਂ ਉਹ ਵੀ ਗੰਗਾ ਦਾ ਹਿੱਸਾ ਬਣ ਜਾਂਦੀ ਹੈ। ਅਲਟੀਮੇਟਲੀ ਉਹ ਗੰਗਾ ਪਾਣੀ ਹੁੰਦਾ, ਭਾਵੇਂ ਉਹਦਾ ਖਤਮ ਹੋ ਜਾਂਦਾ ਸ਼ਰਾਬ ਦਾ ਕਰੈਕਟਰ, ਉਹ ਗੰਗਾ ਪਾਣੀ ਹੈ। ਇਸੇ ਤਰ੍ਹਾਂ ਜਿੰਨੀਆਂ ਮਰਜ਼ੀ ਕਮਜ਼ੋਰੀਆਂ ਹੋਣ, ਸਾਡੇ 'ਚ ਅਸੀਂ ਸਾਧ ਸੰਗ 'ਚ ਬੈਠ ਕੇ ਉਸ ਰੰਗ 'ਚ ਰੰਗੇ ਜਾਂਦੇ ਹਾਂ। ਸੁਰਸੁਰੀ ਸੰਗਮ ਹੋਏ ਪ੍ਰਬਲ ਪ੍ਰਵਾਹ, ਲਿਵ ਸਾਗਰ ਅਥਾ ਸਤਿਗੁਰ ਸੰਗ ਸੰਗ ਹੈ, ਜਿਵੇਂ ਦਰਿਆ ਦਾ ਪਾਣੀ, ਉਹਦੇ ਜਿੰਨੀ ਮਰਜ਼ੀ ਗੰਦਗੀ ਹੋਏ, ਜਦੋਂ ਸਮੁੰਦਰ ਦੇ ਵਿੱਚ ਪੈਂਦਾ ਤਾਂ ਉਹ ਸਮੁੰਦਰ ਦਾ ਹਿੱਸਾ ਹੋ ਜਾਂਦਾ। ਇਸੇ ਤਰ੍ਹਾਂ ਸਿੱਖ ਜਦੋਂ ਸਤਿਗੁਰੂ ਦੇ ਅੰਗ ਸੰਗ ਆਪਣੇ ਆਪ ਨੂੰ ਜੋੜਦਾ, ਉਸ ਦੇ ਨੇੜੇ ਜਾਂਦਾ, ਅਤੇ ਉਹ ਵੀ ਸਤਿਗੁਰੂ ਦੇ ਪਿਆਰ ਦਾ ਹੱਕਦਾਰ ਹੋ ਜਾਂਦਾ। ਚਰਨ ਕਮਲ ਮਕਰੰਦ ਨਿਹਚਲ ਚਿੱਤ, ਕਿ ਗੁਰੂ ਦੇ ਚਰਨ ਜਿਹੜੇ ਨੇ ਉਹ ਮਕਰੰਦ, ਉਹ ਇੰਨੇ ਮਿੱਠੇ ਨੇ, ਉਹ ਸ਼ਹਿਦ ਵਾਂਗ ਨੇ, ਮਾਖਿਓ ਵਾਂਗ ਨੇ। ਨਿਹਚਲ ਚਿੱਤ, ਉਹ ਤੁਹਾਡੇ ਮਨ ਨੂੰ ਟਕਾ ਦੇ ਵਿੱਚ ਲੈ ਆਉਂਦੇ ਨੇ ਗੁਰੂ ਦੇ ਵਿੱਚ। ਦਰਸ਼ਨ ਸੋਭਾ ਨਿਧ ਲਹਿਰ ਤਰੰਗ ਹੈ, ਜੇ ਗੁਰੂ ਦੇ ਦਰਸ਼ਨਾਂ ਦੀ ਲੋਚਾ ਦੇ ਵਿੱਚ ਤੁਸੀਂ ਜੀਵਨ ਗੁਜ਼ਾਰਦੇ ਹੋ ਤੇ ਤੁਹਾਡੇ ਅੰਦਰ ਪ੍ਰੇਮ ਦੀਆਂ ਆਨੰਦੀ ਲਹਿਰਾਂ ਚੱਲਦੀਆਂ ਨੇ। ਅਨਹਦ ਸ਼ਬਦ ਕੈ ਸਰਬ ਨਿਧਾਨ ਦਾਨ, ਤੁਹਾਡੀ ਸੁਰਤ ਜਦੋਂ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ ਤੇ ਸਾਰੇ ਖਜ਼ਾਨੇ ਆ ਕੇ ਤੁਹਾਡੇ ਪੈਰਾਂ 'ਚ ਡਿੱਗਦੇ ਨੇ। ਗਿਆਨ ਅੰਸ ਹੰਸ ਗਤ ਸੁਮਤ ਸਰਬਗ ਹੈ, ਫਿਰ ਦੁਨੀਆਂ ਦਾ ਸਾਰਾ ਗਿਆਨ, ਆਤਮ ਗਿਆਨ, ਉਹ ਤੁਹਾਡੇ ਸਰੀਰ ਦੇ ਰੋਮ ਰੋਮ 'ਚੋਂ, ਫਰੋਮ ਦਾ ਹੇਅਰ, ਐਵਰੀ ਹੇਅਰ ਫੋਲੀਕਲ, ਉਸ ਵਾਹਿਗੁਰੂ ਦੇ ਨਾਂ ਦਾ ਉਚਾਰਨ ਹੁੰਦਾ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡ ਡਾਕਟਰ ਨੂੰ ਆਗਿਆ ਦਿਓ।
ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।